ਤੁਸੀਂ ਕੱਲ੍ਹ ਜਿੰਨੇ ਵੀ ਕਮੈਂਟ ਪਾਏ ਸੀਗੇ ਜਿਹੜੀ ਗੱਡੀ ਵਾਸਤੇ ਪਾਏ ਸੀਗੇ ਉਹੀ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਅੱਜ ਦੀ ਆਪਣੀ ਵੀਡੀਓ 'ਚ ਅਤੇ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਦੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ 'ਚ ਅਤੇ ਗੱਲ ਆਪਾਂ ਪੂਰੀ ਕਰਦੇ ਹਾਂ। ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ, ਉੱਪਰ ਹਮੇਸ਼ਾ ਵਾਰ ਵਾਰ ਚੱਲਦਾ ਰਹਿੰਦਾ ਨੰਬਰ ਹੈ ਜੀ ਆਪਣਾ 7814038764। ਜੇ ਕਿਸੇ ਕੋਲ ਕੋਠੀ ਜਾਂ ਘਰ ਮਕਾਨ ਗੱਡੀ ਮੋਟਰਸਾਈਕਲ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ। ਤਾਂ ਪਹਿਲੀ ਗੱਡੀ ਵਰਨਾ ਤੁਸੀਂ ਦੇਖੋ ਸਾਰਿਆਂ ਦੀ ਮਨਪਸੰਦ ਵਾਲੀ ਗੱਡੀ ਹੈ ਵਰਨਾ 2011 ਮਾਡਲ ਹੈ, ਰਜਿਸਟਰ 12 'ਚ ਹੋਈ ਹੈ ਅਤੇ 2,99 ਮਾਲਕ ਨੇ ਡਿਮਾਂਡ ਆਪਣੇ ਕੋਲ ਲੈ ਕੇ ਭੇਜੀ ਹੈ। 2,99,000 ਇੱਕ ਵਾਰੀ ਮਾਲਕ ਨੇ ਮੰਗਿਆ, ਬਾਕੀ ਕਹਿੰਦੇ ਸੀਗੇ ਉੱਪਰ ਨੀਚੇ ਰੇਟ ਕਰ ਲਵਾਂਗੇ। ਗੱਡੀ ਘਰ ਦੀ ਹੈ, ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਹੈ, ਤਰਨ ਤਾਰਨ ਮਾਲਕ ਦੇ ਘਰ ਖੜੀ ਹੈ। 75-80 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ, ਅੰਦਰੋਂ ਵਧੀਆ, ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟਡ ਨਹੀਂ। ਅਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 7,400,75,64,680 ਨੰਬਰ 'ਤੇ ਗੱਲ ਕਰ ਲਿਓ। ਅਤੇ ਹੁਣ ਆਪਾਂ ਗੱਲ ਕਰਾਂਗੇ ਅਲਟੋ ਗੱਡੀ ਦੀ। ਅਲਟੋ ਆਪਣੇ ਕੋਲ ਦਿੱਲੀ ਨੰਬਰ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ, ਆਪਣੇ ਕੋਲ ਮਲੋਟ ਏਰੀਆ 'ਚੋਂ ਗੱਡੀ ਪਹੁੰਚੀ ਹੈ। 2010 ਮਾਡਲ ਹੈ, ਫਾਸਟ ਓਨਰ ਗੱਡੀ ਹੈ ਜੀ, ਇੱਕ ਹੱਥ ਗੱਡੀ ਚੱਲੀ ਹੋਈ ਹੈ। ਟਾਇਰ ਆਪਾਂ ਨੂੰ ਅੱਧੇ ਤੋਂ ਵੱਧ ਮਿਲ ਜਾਣਗੇ, 60-70 ਪੈਸੇ। ਗੱਡੀ ਖੜੀ ਆ ਮਲੋਟ, ਜਾ ਕੇ ਕਿਸੇ ਨੇ ਦੇਖਣੀ ਹੈ, ਟਰਾਈ ਕਿਸੇ ਨੇ ਲੈਣੀ ਹੋਵੇ, ਚਲਾ ਕੇ ਕਿਸੇ ਨੇ ਦੇਖਣੀ ਹੈ ਤਾਂ ਗੱਡੀ ਤੁਹਾਨੂੰ ਮਿਲ ਜੂਗੀ ਮਲੋਟ। 80,000 ਰੁਪਇਆ ਮੰਗਿਆ ਇੱਕ ਵਾਰੀ, ਲੈਸ ਵੈਸ ਹੋ ਜੂਗਾ। ਕਿਸੇ ਨੂੰ ਵੀ ਪਸੰਦ ਆਉਂਦੀ ਹੈ ਗੱਡੀ ਜਾ ਕੇ ਦੇਖ ਸਕਦੇ ਹੋ। ਅਤੇ ਨੰਬਰ ਆਪਾਂ ਸਕਰੀਨ 'ਤੇ ਦੇ ਰੱਖਿਆ ਮਾਲਕ ਦਾ, 6268-5123443 ਨੰਬਰ 'ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ। ਅਲਟੋ ਗੱਡੀ ਦੀ ਆਪਾਂ ਗੱਲ ਕਰ ਲਈ ਅਤੇ ਨੰਬਰ ਤੁਹਾਨੂੰ ਮਿਲ ਗਿਆ, ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਤੁਸੀਂ ਨੋਟ ਕਰ ਲਓ। ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਦੀ ਤਾਂ ਆਪਣੇ ਕੋਲ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ, ਅਤੇ ਉਹ ਤੋਂ ਬਾਅਦ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ। ਅਤੇ ਹੁਣ ਤੁਸੀਂ ਸਵਿਫਟ VDI ਗੱਡੀ ਦੇਖੋ ਜੀ, ਸਵਿਫਟ VDI 2015 ਮਾਡਲ ਸੈਕਿੰਡ ਓਨਰ ਗੱਡੀ ਆਪਣੇ ਕੋਲ ਪਹੁੰਚੀ ਹੈ। ਗੱਡੀ 490 ਦੀ ਡਿਮਾਂਡ ਦੇ ਵਿੱਚ ਆਪਣੇ ਕੋਲ ਪਹੁੰਚੀ ਹੈ, ਸੰਗਰੂਰ ਗੱਡੀ ਖੜੀ ਹੈ ਜੀ। 90-95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ, ਚਲਾਉਣ ਦੇ ਵਿੱਚ ਕੋਈ ਕਮੀ ਨਹੀਂ, ਬਹੁਤ ਚੰਗੀ ਗੱਡੀ ਹੈ। 90-95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਅਤੇ 15 ਮਾਡਲ ਹੈ, ਕੰਡੀਸ਼ਨ ਆਲੋਕੇ ਹੈ। ਜੇ ਆਪਾਂ ਅੰਦਰੋਂ ਗੱਲ ਕਰੀਏ, ਬਾਹਰੋਂ ਗੱਲ ਕਰੀਏ, ਜਮ੍ਹਾਂ ਸਾਫ਼ ਸੁਥਰੀ ਆਪਾਂ ਨੂੰ ਮਿਲੂਗੀ, ਬਾਕੀ ਘਰ ਦੀ ਗੱਡੀ ਹੈ, ਮੇਨ ਗੱਲ ਤਾਂ ਇਹ ਹੈ ਜੀ। ਅਤੇ ਲੈਸ ਵੈਸ ਹੋ ਜੂਗਾ ਰੇਟ, ਕਿਸੇ ਨੂੰ ਵੀ ਪਸੰਦ ਆਉਂਦੀ ਗੱਡੀ ਤਾਂ ਜਾ ਕੇ ਦੇਖ ਸਕਦੇ ਹੋ। ਬਾਕੀ ਨੰਬਰ ਆਪਾਂ ਨੂੰ ਪੰਜਾਬ ਮਿਲ ਜੂਗਾ, ਪੰਜਾਬ ਨੰਬਰ ਹੈ, ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਅਤੇ ABS ਬ੍ਰੇਕਾਂ 'ਚ ਹੈ, ਪਿੱਛੇ ਲਿਖਿਆ ਵੀ ਹੋਇਆ ਡਿੱਕੀ 'ਤੇ, ਤੁਸੀਂ ਦੇਖ ਰਹੇ ਹੋ ਸਵਿਫਟ VDI ਹੈ ਅਤੇ ਸੈਕਿੰਡ ਓਨਰ ਹੈ, 15 ਮਾਡਲ ਹੈ, ਇੰਜਣ ਗੇਅਰ ਵੱਲੋਂ ਕੋਈ ਨੁਕਸ ਨਹੀਂ, ਬਹੁਤ ਚੰਗੀ ਹਾਲਤ ਦੇ ਵਿੱਚ ਗੱਡੀ ਪਈ ਹੈ। ਅਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ, ਉਹਨਾਂ ਦਾ ਨੰਬਰ ਆਪਾਂ ਸਕਰੀਨ 'ਤੇ ਦੇ ਰੱਖਿਆ, 9,87,21,43,977 ਨੰਬਰ 'ਤੇ ਗੱਲ ਤੁਸੀਂ ਕਰ ਸਕਦੇ ਹੋ। ਅਤੇ ਹੁਣ ਆਪਾਂ ਇੱਕ ਫੋਰਡ ਦੀ ਗੱਡੀ ਲੈ ਕੇ ਪਹੁੰਚੇ ਹਾਂ, XUV XUV ਮਤਲਬ ਵੱਡੀ ਗੱਡੀ ਹੈ ਅਤੇ ਫੋਰਡ ਦੀ ਗੱਡੀ ਹੈ ਅਤੇ ਨਾਮ ਇਹਦਾ ਪਿੱਛੇ ਲਿਖਿਆ ਵੀ ਹੋਇਆ ਗੱਡੀ 'ਤੇ, ਤੁਸੀਂ ਦੇਖ ਲਓ। ਅਤੇ 15 ਮਾਡਲ ਹਾਂ, 73,000 ਕੁੱਲ ਚੱਲੀ ਹੋਈ ਹੈ, ਫਤਿਹਗੜ੍ਹ ਸਾਹਿਬ ਇਹਨਾਂ ਦਾ ਏਰੀਆ ਜੀ। ਅਤੇ 73 ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ। ਮਾਲਕ ਕਹਿੰਦੇ ਸੀਗੇ ਵੀ ਰੇਟ ਉੱਪਰ ਨੀਚੇ ਕਰ ਲਾਂਗੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਅਤੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਤਾਂ ਮਾਲਕ ਕਹਿੰਦੇ ਸੀਗੇ ਇੱਕ ਵਾਰੀ ਆ ਕੇ ਦੇਖ ਲਿਓ ਗੱਡੀ ਨੂੰ, ਟਰਾਈ ਲੈ ਲਿਓ, ਨਾਲੇ ਘਰ ਆ ਜਾਓ ਅਤੇ ਬਹਿ ਕੇ ਗੱਲ ਕਰ ਲਾਂਗੇ ਅਤੇ ਰੇਟ ਦੀ ਗੱਲ ਕਰ ਲਾਂਗੇ। ਅਤੇ ਜਿਹਨੂੰ ਪਸੰਦ ਆਊਗੀ, ਕੋਈ ਗੱਡੀ ਖਰੀਦਣ ਦਾ ਚਾਹਵਾਨ ਹੋਊਗਾ ਤਾਂ
ਖਰੀਦ ਕੇ ਲੈ ਕੇ ਜਾ ਸਕਦਾ ਸੀ। ਫਤਿਹਗੜ੍ਹ ਸਾਹਿਬ ਮਾਲਕ ਦਾ ਏਰੀਆ, 370 ਡਿਮਾਂਡ ਹੈ, ਟਾਇਰ ਵਧੀਆ ਪਏ ਨੇ, ਸਟਿੱਪਣੀ ਨਾਲ ਹੈ। ਬਾਕੀ ਤੁਹਾਡੇ ਸਾਹਮਣੇ ਨੰਬਰ 98-766-51-561, ਨੰਬਰ 'ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ। ਹੁਣ ਆਪਾਂ ਇੱਕ ਅਲਟੋ ਗੱਡੀ ਦੀ ਗੱਲ ਕਰਦੇ ਹਾਂ ਜੀ। 2007 ਮਾਡਲ ਗੱਡੀ ਆਪਣੇ ਕੋਲ ਪਹੁੰਚੀ ਹੈ, ਅਲਟੋ ਗੱਡੀ ਹੈ, ਗੁਰਦਾਸਪੁਰ ਮਾਲਕ ਦਾ ਏਰੀਆ। 1,20,000 ਰੁਪਇਆ ਮਾਲਕ ਨੇ ਗੱਡੀ ਦੀ ਮੰਗ ਪਾਈ ਹੈ। 7 ਮਾਡਲ ਹੈ, 1B ਡਿਮਾਂਡ ਹੈ, ਗੁਰਦਾਸਪੁਰ ਖੜ੍ਹੀ ਹੈ। ਗੱਡੀ ਦੀ ਕੰਡੀਸ਼ਨ ਆਲ ਓਕੇ ਹੈ, ਨੁਕਸ ਕੋਈ ਨਹੀਂ। ਜਾ ਕੇ ਕਿਸੇ ਨੇ ਦੇਖਣੀ ਹੈ, ਚਲਾ ਕੇ ਦੇਖਣੀ ਹੈ, ਤਾਂ ਆਪਦੀ ਜੋ ਵੀ ਤਸੱਲੀ ਕਰਨੀ ਹੈ ਮਾਲਕ ਨੂੰ ਪਹਿਲਾਂ ਫੋਨ ਕਰ ਲਿਓ, ਫਿਰ ਜਾ ਕੇ ਦੇਖ ਸਕਦੇ ਹੋ, ਕਾਗਜ਼ ਪੱਤਰ ਚੈੱਕ ਕਰ ਸਕਦੇ ਹੋ, ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ। ਕੋਈ ਨੁਕਸ ਨਹੀਂ, ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟਡ ਨਹੀਂ। 1,20,000 ਰੁਪਇਆ ਮਾਲਕ ਨੇ ਡਿਮਾਂਡ ਪਾਈ ਹੈ, ਗੁਰਦਾਸਪੁਰ ਖੜ੍ਹੀ ਹੈ, ਨਵੇਂ ਟਾਇਰਾਂ 'ਚ ਹੈ ਜੀ। ਅਤੇ ਬਾਕੀ ਰੰਗ ਤੁਸੀਂ ਦੇਖ ਰਹੇ ਹੋ, ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ। ਗੁਰਦਾਸਪੁਰ ਜਾ ਕੇ ਦੇਖ ਵੀ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ। ਬਾਕੀ ਇੱਕ ਵਾਰੀ ਕੀਮਤ ਹੈ, ਲੈੱਸ ਬੈੱਸ ਹੋ ਜੂਗਾ। ਅਤੇ ਨੰਬਰ ਮਾਲਕ ਦਾ ਆਪਾਂ ਸਕਰੀਨ 'ਤੇ ਦੇ ਰੱਖਿਆ, 98-559-041-74, ਨੰਬਰ 'ਤੇ ਗੱਲ ਕਰ ਸਕਦੇ ਹੋ ਜੀ। ਬਾਕੀ ਮੈਂ ਇੱਕ ਬੇਨਤੀ ਕਰਦਾ ਜੀ, ਕਈ ਮੈਂ ਰੇਟ ਦੇਖਦਾ ਹੁੰਦਾ ਜੀ, ਤੁਹਾਨੂੰ ਵੀ ਪਤਾ ਲੱਗ ਜਾਂਦਾ, ਮੈਂ ਕਿਸੇ ਗੱਡੀ ਬਾਰੇ ਨਹੀਂ ਕਹਿੰਦਾ, ਨਾ ਹੀ ਮੈਂ ਕਹਿੰਦਾ ਹੁੰਦਾ, ਮੈਂ ਇੰਨਾ ਕਹਿੰਦਾ ਹੁੰਦਾ ਵੀ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੂੰ, ਕਿਉਂਕਿ ਰੇਟ ਜ਼ਿਆਦਾ ਹੋਣ 'ਤੇ ਕੋਈ ਜ਼ਿਆਦਾ ਤੁੱਕ ਵਾਲੀ ਗੱਲ ਨਹੀਂ ਬਣਦੀ, ਨਾ ਹੀ ਗੱਡੀ ਸੇਲ ਹੁੰਦੀ ਆ ਰੇਟ ਜਦੋਂ ਜ਼ਿਆਦਾ ਹੁੰਦਾ ਜੀ। ਬੇਨਤੀ ਵਾਲੀ ਗੱਲ ਹੈ, ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਵਧੀਆ ਲਾ ਕੇ ਭੇਜਿਆ ਕਰੋ ਜੀ। ਬਾਕੀ ਜਿੰਨੇ ਤੁਸੀਂ ਦੇਖ ਰਹੋ, ਕਿਸੇ ਵੀ ਏਰੀਏ 'ਚੋਂ ਦੇਖ ਰਹੋ, ਤੁਹਾਡੇ ਕੋਲ ਵੀ ਗੱਡੀ ਹੈ ਕੋਈ ਵੀ, ਤੁਸੀਂ ਵੇਚਣਾ ਚਾਹੁੰਦੇ ਹੋ, ਜਾਂ ਤੁਹਾਡੇ ਕੋਲ ਮੋਟਰਸਾਈਕਲ ਹੈ, ਬੁਲਟ ਹੈ, ਜੀਪ ਹੈ, ਘਰ ਹੈ, ਕੋਈ ਕੋਠੀ ਹੈ, ਆਪਣੇ ਕੋਲ ਭੇਜ ਕੇ ਐਡ ਕਰਵਾ ਸਕਦੇ ਹੋ। ਆਪਣਾ ਨੰਬਰ ਉੱਪਰ ਹਮੇਸ਼ਾ ਵਾਰ ਵਾਰ ਚੱਲਦਾ ਰਹਿੰਦਾ ਜੀ, ਨੰਬਰ ਆਪਣਾ 78-140-38-764। ਜੇ ਕਿਸੇ ਨੇ ਐਡ ਕਰਵਾਉਣੀ ਹੈ ਤਾਂ ਫਰੀ ਦੇ ਵਿੱਚ ਆਪਾਂ ਕਰ ਦਾਂਗੇ, ਕੋਈ ਕਮਿਸ਼ਨ, ਕੋਈ ਦਲਾਲੀ, ਕੁਛ ਨਹੀਂ ਆਪਾਂ ਲੈਂਦੇ, ਬਸ ਤੁਸੀਂ ਆਪਣੇ ਕੋਲ ਵੀਡੀਓ ਜਾਣਕਾਰੀ ਅਤੇ ਫੋਟੋਆਂ, ਬਸ ਇੰਨਾ ਕੁਛ ਆਪਣੇ ਕੋਲ ਭੇਜ ਦਿਆ ਕਰੋ ਜੀ। ਅਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ। ਜੇ ਵਧੀਆ ਲੱਗੀ ਹੈ ਵੀਡੀਓ, ਚੰਗੀ ਲੱਗੀ ਹੈ, ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਉ, ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ। ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ, ਵੱਧ ਤੋਂ ਵੱਧ ਸਪੋਰਟ ਕਰਿਆ ਕਰੋ, ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ। ਅਤੇ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਿੰਦੇ ਹਾਂ ਜੀ। ਅਤੇ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ। ਆਪਣੇ ਕੋਲ i10 ਮੈਗਨਾ ਗੱਡੀ ਪਹੁੰਚੀ ਹੈ, 2010 ਮਾਡਲ ਆ, 66,000 ਕਿਲੋਮੀਟਰ ਗੱਡੀ ਕੁੱਲ ਚੱਲੀ ਹੋਈ ਹੈ, 1.5 ਲੱਖ ਰੁਪਈਆ ਮਾਲਕ ਨੇ ਮੰਗ ਕੀਤੀ ਹੈ। ਗੱਡੀ ਬਹੁਤ ਚੰਗੀ ਹੈ, ਮਲੋਟ ਖੜ੍ਹੀ ਹੈ, ਗੱਡੀ ਦਾ ਰੰਗ ਚੰਗਾ ਆਪਾਂ ਨੂੰ ਮਿਲ ਜੂਗਾ, 75-80 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ। ਜਾ ਕੇ ਕਿਸੇ ਨੇ ਦੇਖਣੀ ਹੋਵੇ ਗੱਡੀ, ਜਾ ਕੇ ਦੇਖ ਸਕਦੇ ਹੋ, ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ। 1.5 ਲੱਖ ਰੁਪਈਆ ਕੀਮਤ ਹੈ, ਕੋਈ ਨੁਕਸ ਨਹੀਂ, ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟਡ ਨਹੀਂ। ਬਾਕੀ ਤੁਹਾਡੇ ਸਾਹਮਣੇ ਫੋਟੋਆਂ ਚੱਲ ਹੀ ਰਹੀਆਂ, ਅਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ 795-49-873, ਮਾਲਕ ਦਾ ਹਰ ਨੰਬਰ ਹੈ ਸੀ। ਹੁਣ ਆਪਾਂ ਅਲਟੋ ਗੱਡੀ ਦੇਖਦੇ, ਹੁਣ 2005 ਮਾਡਲ ਹੈ, 65,000 ਰੁਪਈਆ ਕੀਮਤ ਹੈ ਜੀ, ਧਨੌਲਾ ਮਾਲਕ ਦਾ ਏਰੀਆ, ਅਤੇ 65-70 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ। ਚਲਾਉਣ 'ਚ ਗੱਡੀ 'ਚ ਕੋਈ ਕਮੀ ਨਹੀਂ, 65,000 ਰੁਪਇਆ ਮੰਗ ਪਾਈ ਹੈ ਮਾਲਕ ਨੇ, ਅਤੇ ਇੰਜਣ ਗੇਅਰ ਵੱਲੋਂ ਕੋਈ ਨੁਕਸ ਨਹੀਂ। ਬਾਕੀ ਰੰਗ ਤੁਸੀਂ ਦੇਖ ਲਓ, 5 ਮਾਡਲ ਹੈ, ਧਨੌਲਾ ਮਾਲਕ ਦਾ ਏਰੀਆ, ਅਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ 'ਤੇ ਦੇ ਵੀ ਰੱਖਿਆ ਜੀ। ਨੰਬਰ ਹੈ 94-649-037-97, ਇਸੇ ਨੰਬਰ 'ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਜੀ। 65,000 ਰੁਪਇਆ ਮੰਗ ਪਾਈ ਆ।
ਮੈਂ ਕਿ ਗੱਡੀਆਂ ਦੀ ਗੱਲਬਾਤ ਆਪਾਂ ਪੂਰੀ ਕਰ ਲਈ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੇਰੇ ਕਮੈਂਟ ਕਰਕੇ। ਜੇ ਵਧੀਆ ਲੱਗੀ ਹੈ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ, ਚੈਨਲ ਨੂੰ ਕਰੋ ਜੀ ਸਬਸਕ੍ਰਾਈਬ। ਅਤੇ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਲਓ, ਤੁਹਾਡੇ ਛੋਟੇ ਭਰਾ ਦਾ ਚੈਨਲ ਹੈ ਜੀ। ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦਾ ਕਰੋ, ਸਪੋਰਟ ਕਰਿਆ ਕਰੋ ਫੁੱਲ ਬਟਾ ਫੁੱਲ। ਅਤੇ ਕਿਸੇ ਨੇ ਕੁਛ ਵੀ ਵੇਚਣਾ ਭੇਜੋ ਆਪਣੇ ਕੋਲ, ਜਲਦੀ ਐਡ ਆਪਾਂ ਲਗਾ ਦੇਵਾਂਗੇ।